ਤਾਂ ਥੀਏਟਰ ਸ਼ਾਇਦ ਦੁਬਾਰਾ ਤੋਂ ਸਟਾਰਟ ਹੋ ਰਿਹਾ ਕਿਉਂਕਿ ਯੂਥ ਫੈਸਟੀਵਲ ਆ ਰਿਹਾ। ਬੋਲਟ ਤੇ ਗਾਈਸ ਕਾਲਜ ਆਉਂਦੀ ਵੀਡੀਓ ਲੱਗ ਗਿਆ। ਆ ਗਾਈਸ ਆਈ ਕਾਰਡ ਕਾਲਜ ਵੱਲੋਂ ਮਿਲੇ ਹੋਇਆ, ਇਹ ਪਾਣੇ ਕੰਪਲਸਰੀ ਕਰਦੇ ਹੋਇਆ, ਨਹੀਂ ਇਹਨਾਂ ਬਿਨਾਂ ਐਂਟਰੀ ਨਹੀਂ ਹੁੰਦੀ। ਬੈਂਕ ਵਾਲਾ ਲੱਗਦਾ ਪਾ ਕੇ ਮੈਂ। ਥੀਏਟਰ ਆ ਜਿਹੜਾ ਉਹ ਸਟਾਰਟ ਹੋ ਰਿਹਾ ਗਾਈਸ ਯੂਥ ਫੈਸਟੀਵਲ ਵਾਸਤੇ। ਵੀਸ਼ਨ ਸਟਾਰਟ ਹੋ ਚੁੱਕੀਆਂ ਹੋਈਆਂ ਗਾਈਸ ਤੇ ਤੁਹਾਨੂੰ ਮੈਂ ਦਿਖਾਉਣਾ। ਇਹ ਬਹੁਤ ਔਖੀਆਂ ਨੇ, ਕਿਵੇਂ ਤੀਲਾ ਤੀਲਾ ਕਰਕੇ ਅਸੀਂ ਆਪਣਾ ਘਰ ਬਣਾਇਆ। ਭੰਗੜਾ ਚੱਲ ਰਿਹਾ ਗਾਈਸ, ਸਾਰੀਆਂ ਆਡੀਸ਼ਨ ਚੱਲ ਰਹੀਆਂ। ਪਿਛਲੀ ਵਾਰੀ ਭੰਗੜਾ ਇੱਥੇ ਸੀਗਾ, ਸਾਨੂੰ ਸਟੇਜ ਮਿਲਿਆ ਸੀਗਾ। ਯਾਰ ਸੈਮੀਨਾਰ ਹਾਲ ਮਿਲ ਜੇ ਨਾ ਯਾਰ ਜੇ ਪ੍ਰੈਕਟਿਸ ਕਰਨ ਵਾਸਤੇ। ਆਹ ਹਾਂ ਏਸੀ ਹਾਲ ਹੈ ਨਾ, ਇੰਨਾ ਠੰਡਾ ਠੰਡਾ ਕਮਰਾ। ਕੰਟੀਨ ਵੀ ਵਧੀਆ ਬਣਾਤੀ ਹੋਈ ਆ, ਪੂਰੇ ਸ਼ੀਸ਼ੇ ਸ਼ੀਸ਼ੇ ਲਾ ਕੇ। ਇੱਕ ਮੰਥ ਪੂਰੀ ਡੱਟ ਕੇ ਮਿਹਨਤ ਕਰਾਂਗੇ, ਸਕਿੱਟ ਵੀ ਆਪਾਂ ਲੈ ਕੇ ਆਵਾਂਗੇ ਯੂਨੀਵਰਸਿਟੀ 'ਚੋਂ, ਭੰਡ ਵੀ ਲੈ ਕੇ ਆਵਾਂਗੇ ਅਤੇ ਮਮਿਕਰੀ। ਕਾਲਜ ਦੇ ਨਿਊਡਲ ਤੇ ਪਹਿਲੀ ਵਾਰ ਖਾ ਲੱਗੇ ਆ, ਬਸ ਹੀ ਲੈਕਚਰ ਹੀ ਲਾ ਲੈਣੇ। ਗੁੱਡ ਮਾਰਨਿੰਗ ਗਾਈਸ, ਕੀ ਹਾਲ ਚਾਲ ਅਤੇ ਟਾਈਮ ਸਵੇਰ ਦੇ 9:52 ਅਤੇ ਵੈਲਕਮ ਬੈਕ ਟੂ ਦੀ ਚੈਨਲ ਗਾਈਸ। ਕਿੱਦਾਂ ਸਾਰੇ, ਹੋਪ ਕਰਦਾ ਕਿ ਸਾਰਿਆਂ ਨੇ ਠੀਕ ਹੋਵੇ। ਮੈਂ ਵੀ ਬਿਲਕੁਲ ਠੀਕ ਆ। ਲੈਕਚਰ ਆਪਣਾ ਹੈਗਾ 10:30, ਪਹਿਲੇ 2 ਲੈਕਚਰ ਫ੍ਰੀ ਸੀ ਅਤੇ ਆਪਾਂ ਚੱਲੇ ਹਾਂ ਕਾਲਜ ਵੱਲ ਨੂੰ। ਸਵੇਰੇ ਸਵੇਰੇ ਮੈਂ ਕਿਹਾ ਸੇਬ ਖਾ ਜੀ ਯਾਰ, ਕਿਉਂਕਿ ਲੈਕਚਰ ਲਾਉਂਦੇ ਨਾ ਫਿਰ ਟਾਈਮ ਨਹੀਂ ਮਿਲਦਾ, ਨਾਲੇ ਭੁੱਖ ਬੜੀ ਲੱਗਦੀ ਹੈ। ਅਤੇ ਅੱਜ ਕਾਲਜ 'ਚ ਥੀਏਟਰ ਦਾ ਵੀ ਕੁਝ ਹੈਗਾ ਹੈ, ਸ਼ਾਇਦ ਥੀਏਟਰ ਯੂਥ ਫੈਸਟੀਵਲ ਜਿਹੜਾ ਲਾਸਟ ਟਾਈਮ ਥੀਏਟਰ ਹੋਏ ਸੀ ਨਾ, ਜੇ ਤੁਸੀਂ ਵਲੌਗ ਦੇਖੇ ਹੋਣ ਤਾਂ ਥੀਏਟਰ ਸ਼ਾਇਦ ਦੁਬਾਰਾ ਤੋਂ ਸਟਾਰਟ ਹੋ ਰਿਹਾ ਕਿਉਂਕਿ ਯੂਥ ਫੈਸਟੀਵਲ ਆ ਰਿਹਾ। ਬਾਕੀ ਕਾਲਜ ਆ ਕੇ ਗੱਲਾਂ ਬਾਤਾਂ ਕਰਦੇ ਹਾਂ, ਇੱਕ ਵਾਰੀ ਚੱਲੀਏ, ਲੇਟ ਨਾ ਹੋਇਆ। ਸੇਵ ਆਪਾਂ ਰਸਤੇ 'ਚ ਫਿਨਿਸ਼ ਕਰ ਦੇਣਾ। ਬੋਲਟ ਤੇ ਗਾਈਸ ਕਾਲਜ ਆਉਣ ਦੀ ਵੀਡੀਓ ਲੱਗ ਗਿਆ। ਹਾਂ ਮੱਠੀ ਮੱਠੀ ਬਾਤ 'ਚ ਪਿੱਛੇ ਪੁਲਿਸ ਵਾਲੇ ਅੰਕਲ ਵੀ ਖੜ੍ਹੇ ਸੀਗੇ, ਉਹ ਵੀ ਦੇਖ ਰਹੇ ਸੀ ਬਾਤ, ਤੇਜ਼ ਤਾਂ ਨਹੀਂ ਕਿਤੇ, ਬਟ ਆਹ ਫੀਲ ਤਾਂ ਲੱਗ ਹੀ ਆ ਯਾਰ ਬੋਲਟ ਦੇ ਕਾਲਜ ਆ। ਗਾਈਸ ਆਈ ਕਾਰਡ ਕਾਲਜ ਵੱਲੋਂ ਮਿਲੇ ਹੋਇਆ, ਇਹ ਪਾਣੇ ਕੰਪਲਸਰੀ ਕਰਦੇ ਹੋਇਆ, ਨਹੀਂ ਇਹਨਾਂ ਬਿਨਾਂ ਐਂਟਰੀ ਨਹੀਂ ਹੁੰਦੀ। ਇਹਨੂੰ ਦੇਖ ਕੇ ਨਾ ਸਕੂਲ ਦੀ ਯਾਦ ਆ ਜਾਂਦੀ ਹੈ, ਜਦੋਂ ਪ੍ਰੇਅਰ 'ਚ ਜਾਂਦੇ ਹੁੰਦੇ ਸੀ ਨਾ, ਉਦੋਂ ਬਾਹਰ ਕੱਢ ਦਿੰਦੇ ਹੁੰਦੇ ਜਿਹਦੇ ਕੋਲ ਆਈ ਕਾਰਡ ਨਹੀਂ ਹੁੰਦਾ। ਦਿਖਾਉਂਦੇ ਹਾਂ, ਇਹ ਪਾ ਲਈ ਬੈਂਕ ਵਾਲਾ ਲੱਗਦਾ ਪਾ ਕੇ ਮੈਂ। ਟਾਈਮ ਗਾਈਸ ਪੂਰੇ 10 ਵੱਜ ਚੁੱਕੇ ਹੋਏ ਆ, ਲੈਕਚਰ 10:30 ਆ ਅਤੇ ਆ ਸਾਹਮਣੇ ਸਰ ਵੀ ਜਾ ਰਹੇ ਹਨ ਥੀਏਟਰ ਵਾਲੇ ਆਪਣੇ। ਟਾਈਮ ਗਾਈ 10:30, ਲੈਕਚਰ ਦਾ ਟਾਈਮ ਹੋ ਚੁੱਕਿਆ ਹੋਇਆ, ਬਟ ਅੱਜ ਥੀਏਟਰ ਆ ਜਿਹੜਾ ਉਹ ਸਟਾਰਟ ਹੋ ਰਿਹਾ ਗਾਈ ਯੂਥ ਫੈਸਟੀਵਲ ਵਾਸਤੇ। ਥੋੜ੍ਹਾ ਲੇਟ ਹੋ ਗਿਆ, ਕੋਈ ਇਸ਼ੂ ਸੀਗੇ ਤਾਂ ਕਰਕੇ, ਅਤੇ ਸਟੇਜ 'ਤੇ ਬੜੇ ਟਾਈਮ ਬਾਅਦ ਆਏ ਹਾਂ ਯਾਰ, ਮਹੀਨਾ ਡੇਢ ਮਹੀਨੇ ਬਾਅਦ ਆਇਆ ਅਤੇ ਸਾਰੇ ਥੀਏਟਰ ਵਾਲੇ ਇਕੱਠੇ ਹੋਏ ਹੋਏ ਆ। ਬਾਕੀ ਦੇਖਦੇ ਆ, ਪਿਛਲੀ ਵਾਰੀ ਤਾਂ ਭੰਡ ਕੀਤੀ, ਸਕਿੱਟ ਕੀਤੀ ਸੀ, ਮਮਿਕਰੀ ਕੀਤੀ ਸੀਗੀ ਅਤੇ ਇੱਕ ਕੀਤੀ ਸੀ ਮੂਵੀ, ਇਸ ਵਾਰੀ ਦੇਖਦੇ ਹਾਂ ਕੀ ਹੁੰਦਾ ਕੀ ਨਹੀਂ। ਅਤੇ ਗਾਈਸ ਕਾਕੂ ਆ ਚੁੱਕਿਆ ਹੈ ਅਤੇ ਆਪਾਂ ਚੱਲਿਆ ਸੈਮੀਨਾਰ ਹਾਲ। ਸੈਮੀਨਾਰ ਹਾਲ 'ਚ ਇੱਕ ਤਾਂ ਪ੍ਰੋਗਰਾਮ ਹੈ ਅਤੇ ਸਟੇਜ, ਬਾਕੀ ਥੀਏਟਰ ਬਾਰੇ ਵੀ ਦੱਸਣਗੇ ਕੁਝ, ਥੋੜ੍ਹਾ ਬਹੁਤਾ ਵੀ ਕਿਵੇਂ ਸਟਾਰਟ ਹੋ ਰਿਹਾ ਕਿ ਨਹੀਂ ਹੋ ਰਹੇ, ਅਜੇ ਕੁਝ ਫਾਈਨਲ ਨਹੀਂ ਆ। ਅਤੇ ਕੋਈ ਪੱਕਾ ਨਹੀਂ ਹੈ ਵੀ ਥੀਏਟਰ ਹੋਣਗੇ ਵੀ ਨਹੀਂ ਹੋਣਗੇ, ਕਿਉਂ ਪਤਾ ਨਹੀਂ, ਹੋਣਗੇ ਹੋਣਗੇ ਯਾਰ ਆਪਾਂ ਕਰਾਂਗੇ, ਬਾਕੀ ਹਜੇ ਪੂਰਾ ਫਾਈਨਲ ਨਹੀਂ ਆ। ਜਾਂਦੇ ਆ ਸੈਮੀਨਾਰ ਵਾਲ ਉੱਪਰ ਲਾਈਬ੍ਰੇਰੀ ਦੇ, ਉਹ ਆ ਗਏ ਹੋਰ ਬੰਦੇ ਉੱਪਰ ਆਣਾ, ਚਲਦੇ ਆ ਅਤੇ ਸੈਮੀਨਾਰ ਹਾਲ ਦਿਖਾਉਂਦੇ ਹਾਂ ਤੁਹਾਨੂੰ, ਆਇਓ। ਜਾ ਰਹੇ ਮੇਰੇ ਸੈਮੀਨਾਰ ਹਾਲ, ਇਹ ਵਿੰਡੋ ਤੋਂ ਬਾਹਰੋਂ ਖੇਤ ਹੀ ਦੇਖਦੇ ਆ, ਹੋਰ ਤਾਂ ਕੋਈ ਦੇਖਦਾ ਨਹੀਂ। ਇੱਥੇ ਯਾਰ ਪਾਰਲੀਮੈਂਟ ਦੀ ਬੜੀ ਪ੍ਰੈਕਟਿਸ ਕੀਤੀ ਆ, ਇੱਥੇ ਪਾਰਲੀਮੈਂਟ ਹੁੰਦਾ ਹੁੰਦਾ ਸੀਗਾ ਜਿਹੜੀ ਪ੍ਰੈਕਟਿਸ। ਇਸ ਟਾਈਮ ਹੋਇਆ ਹਜੇ 11:22 ਅਤੇ ਸਾਡਾ ਟਾਈਮ ਹੈਗਾ ਜੀ 12:10 ਦਾ ਸੈਮੀਨਾਰ ਹਾਲ 'ਚ, ਜਿੱਥੇ ਆਡੀਸ਼ਨਸ ਲੈਣੀਆਂ ਨੇ ਅਤੇ ਆਪਾਂ ਹੁਣ ਇੱਧਰ ਸਾਰੀ ਕਲਾਸਿਸ ਟਾਈਮ ਚੱਲੇ ਹਾਂ, ਜਿਹੜੀਆਂ ਫਸਟ ਈਅਰ ਆ ਰਹੀਆਂ ਵੀ, ਜੇ ਕਿਸੇ ਨੇ ਵੀ ਆਡੀਸ਼ਨ ਦੇਣੀ ਆ ਤਾਂ ਆ ਸਕਦਾ ਸੈਮੀਨਾਰ ਹਾਲ 'ਚ। ਮੈਂ ਇਸ ਕਲਾਸ 'ਚ ਕਹਿਣ ਚੱਲਿਆ ਕਿਉਂਕਿ ਸਾਡਾ ਸੈਕਿੰਡ ਈਅਰ ਹੈ, ਅਸੀਂ 1 ਸਾਲ ਪਹਿਲਾਂ ਥੀਏਟਰ ਕਰ ਚੁੱਕੇ ਹਾਂ। ਜਦੋਂ ਲਾਸਟ ਟਾਈਮ ਥੀਏਟਰ ਕੀਤਾ ਸੀ ਨਾ, ਕਲਾਸ 'ਚ ਕਹਿਣ ਆਏ ਸੀ ਰਾਜਵੀਰ, ਮੈਂ ਵੀ ਕਹਿ ਕੇ, ਅਤੇ ਸੁੱਖੀ ਕਹਿਣ ਆਇਆ ਸੀ, ਉਹ ਸਾਡੇ ਸੀਨੀਅਰ ਸੀਗੇ ਅਤੇ ਉਦੋਂ ਚਾਹ ਸੀਗਾ ਯਾਰ ਥੀਏਟਰ ਕਰਨਾ ਆਪਾਂ, ਹੁਣ ਯਾਰ ਆਪਾਂ ਵੀ ਕਹਿਣ ਜਾਂਦੇ ਹਾਂ ਇੱਕ ਸਕ੍ਰਿਪਟ ਲਘੂ ਫਿਲਮ।
ਇੰਨੀਆਂ ਕਲਾਸਾਂ ਸਾਹਮਣੇ ਬੋਲਦੇ ਸੰਗ ਹੀ ਬੜੀ ਆਉਂਦੀ ਹੈ ਯਾਰ। ਬਾਕੀ ਇੱਕ ਦੋ ਕਲਾਸਾਂ ਰਹਿ ਗਈਆਂ, ਬਾਕੀ ਸਾਰੀਆਂ ਕਲਾਸਾਂ ਵਿੱਚ ਚੈਟ ਹੋਇਆ। ਬਸ ਇੱਕ ਦੀ ਕਲਾਸ ਹੈਗਾ, ਉਹ ਤੇ ਕਹਿੰਦੇ ਅੰਦਰ ਜਾਂਦੇ ਸੈਮੀਨਾਰ ਤੋਂ। ਐਡਮਿਸ਼ਨ ਸਟਾਰਟ ਹੋ ਚੁੱਕੀਆਂ ਹੋਈਆਂ ਗਾਈਸ, ਤੇ ਤੁਹਾਨੂੰ ਮੈਂ ਦਿਖਾਵਾਂ। ਇਹ ਬਹੁਤ ਔਖੀਆਂ ਨੇ, ਕਿਵੇਂ ਤੀਲਾ ਤੀਲਾ ਕਰਕੇ ਅਸੀਂ ਆਪਣਾ ਘਰ ਬਣਾਇਆ। ਇਹ ਗਾਈਸ ਔਡੀਸ਼ਨ ਚੱਲ ਰਹੀਆਂ ਸੀਗੀਆਂ ਅਤੇ ਮੈਂ ਆਰਾਮ ਨਾਲ ਬਹਿ ਕੇ ਦੇਖ ਰਿਹਾ ਸੀ, ਕਿਉਂਕਿ ਲਾਸਟ ਈਅਰ ਜਦੋਂ ਮੈਂ ਔਡੀਸ਼ਨ ਦੇਣ ਆਇਆ ਸੀ ਨਾ ਯਾਰ, ਮੈਨੂੰ ਬੜਾ ਡਰ ਲੱਗ ਰਿਹਾ ਸੀਗਾ। ਚਾਹ ਵੀ ਬਹੁਤ ਸੀ ਅਤੇ ਡਰ ਵੀ ਬਹੁਤ ਸੀ, ਕਿਉਂਕਿ ਫਸਟ ਟਾਈਮ ਔਡੀਸ਼ਨ ਦਿੱਤੀ ਸੀ ਕਿਤੇ। ਅਤੇ ਔਡੀਸ਼ਨ ਦੇਖਦੇ ਹਾਂ। ਆਡੀਸ਼ਨ ਦੇਣ ਆਏ ਆ ਸਾਰੇ ਗਾਈਸ, ਇਹਨਾਂ ਦੀ ਆਡੀਸ਼ਨ ਚੱਲ ਰਹੀ ਆ। ਅਸੀਂ ਆਡੀਸ਼ਨ ਨਹੀਂ ਦੇਣੀਆਂ, ਕਿਉਂਕਿ ਲਾਸਟ ਈਅਰ ਅਸੀਂ ਪਹਿਲਾਂ ਆਡੀਸ਼ਨ ਦੇ ਚੁੱਕੇ ਹਾਂ। ਮੈਨੂੰ ਜਾਣ ਦੇ ਦੇ, ਆ ਸਾਰੇ ਪੁਰਾਣੇ ਆ। ਮੇਰੇ ਫਾਦਰ ਮੇਰੇ ਬ੍ਰਾਦਰ ਨੂੰ ਪਤਾ ਲੱਗ ਗਿਆ ਕਿ ਮੈਂ ਤੈਨੂੰ ਮਿਲਣ ਵਾਸਤੇ ਆਈ ਹਾਂ, ਤਾਂ ਉਹਨੇ ਮੇਰੀ ਵੀਡ ਪੱਟ ਦੇਣੀ ਆ। ਮੈਨੂੰ ਵੀ ਹਜੇ ਆਵਾਜ਼ਾਂ ਕੱਢੀਆਂ ਨਹੀਂ ਆਉਂਦੀਆਂ ਜਿਹੜੀਆਂ ਸਰ ਨੂੰ ਆਉਂਦੀਆਂ ਕਹਿੰਦੀਆਂ। ਅਤੇ ਗਾਈਜ਼ ਹੁਣ ਆ ਚੁੱਕੇ ਹਾਂ ਆਪਾਂ ਸੈਮੀਨਾਰ ਹਾਲ 'ਚ, ਬਾਹਰ ਆਡੀਸ਼ਨ ਹੋ ਚੁੱਕੀਆਂ ਹੋਈਆਂ ਨੇ ਅਤੇ ਭੰਗੜੇ ਦੀਆਂ ਆਡੀਸ਼ਨ ਚੱਲ ਰਹੀਆਂ, ਉਹ ਦੇਖਦੇ ਹਾਂ। ਨਾਲੇ ਯਾਰ ਪਾਣੀ ਪੀਈਏ, ਪਾਣੀ ਦੇ ਬਹਾਨੇ ਆਏ ਹਾਂ ਅਤੇ ਨਾਲੇ ਆਡੀਸ਼ਨ ਦੇਖ ਜਾਂਗੇ। ਇੱਕ ਗੱਲ ਹੈ, ਪੁਰਾਣੇ ਦਿਨ ਯਾਦ ਆ ਗਏ ਪਿਛਲੇ ਸਾਲ ਦੇ, ਬਟ ਬੰਦੇ ਉਹ ਹੈ ਜਿਹੜੇ ਪੁਰਾਣੇ ਵਾਲੇ ਸੀ। ਕੁੜੀਆਂ ਦਾ ਵਿੱਚ ਹੀ ਹੈ ਭੰਗੜਾ, ਇਹ ਕੁੜੀਆਂ ਦਾ ਵਿੱਚ ਹੀ ਹੈ ਭੰਗੜਾ ਗਾਈਸ। ਆਹ ਵੀ ਓਡੀਸ਼ਨ ਚੱਲ ਰਹੀਆਂ ਸੀਗੀਆਂ, ਇੱਧਰ ਹੋਊਗੀ ਪਰ ਭੰਗੜੇ ਦੀ ਭੰਗੜਾ ਚੱਲ ਰਿਹਾ ਗਾਈਸ, ਸਾਰੀਆਂ ਆਡੀਸ਼ਨ ਚੱਲ ਰਹੀਆਂ। ਪਿਛਲੀ ਵਾਰੀ ਭੰਗੜਾ ਇੱਥੇ ਸੀਗਾ, ਸਾਨੂੰ ਸਟੇਜ ਮਿਲਿਆ ਸੀਗਾ ਕਰਨ ਵਾਸਤੇ ਥੀਏਟਰ। ਬਸ ਇਸ ਵਾਰੀ ਸਟੇਜ ਮਿਲੂਗਾ ਆਪਾਂ ਨੂੰ ਕਿ ਆਡੀਟੋਰੀਅਮ? ਆਡੀਟੋਰੀਅਮ ਤਾਂ ਨਹੀਂ ਮਿਲਦਾ, ਸਟੇਜ ਆਪਾਂ ਕਮਰਾ ਉਂ ਲਾ ਲਾਂਗੇ, ਸੈਮੀਨਾਰ ਹਾਲ ਮਿਲ ਸਕਦਾ ਸ਼ਾਇਦ, ਉੱਥੇ ਕਰਨੀ ਪਊ। ਬਾਕੀ ਭੰਗੜਾ ਦੇਖ ਕੇ ਆਉਂਦੇ ਹਾਂ। ਪਿਛਲੀ ਵਾਰੀ ਸਾਡੇ ਕੋਲਜ ਦਾ ਗਿੱਧਾ ਬਹੁਤ ਉੱਪਰ ਤੱਕ ਗਿਆ ਸੀਗਾ, ਯੂਨੀਵਰਸਿਟੀ ਤੋਂ ਵੀ ਵਿਨਰ ਰਿਹਾ ਸੀ ਗਿੱਧਾ ਸਾਡਾ, ਭੰਗੜਾ ਤਾਂ ਨਹੀਂ ਸਾਡੇ। ਬਾਕੀ ਦੇਖਦੇ ਹਾਂ। ਯਾਰ ਸੈਮੀਨਾਰ ਹਾਲ ਮਿਲ ਜਾਏ ਨਾ ਯਾਰ ਜੇ ਪ੍ਰੈਕਟਿਸ ਕਰਨ ਵਾਸਤੇ। ਆਹ ਏਸੀ ਹਾਲ ਹੈ ਨਾ, ਇੰਨਾ ਠੰਡਾ ਠੰਡਾ ਕਮਰਾ ਆਇਆ ਨਾ, ਪੁੱਛੋ ਕੁਛ ਨਾ। ਇਹ ਆਪਣਾ ਦਵਿੰਦਰ ਭਰਾ ਪੰਡ ਕਰਨਾ ਜਿਹਨਾਂ ਨਾਲ ਆਪਾਂ, ਇਹਦੇ ਕੀ ਛਿੱਤਰ ਲਾ ਕੇ ਲਿਆਵਾਂਗੇ, ਇਹ ਭੰਗੜੇ ਵੱਲ ਜਾਂਦਾ ਹੈ ਪਰ ਭੰਗੜਾ ਫਿਰ ਉੱਥੋਂ ਸਟੇਜ ਤੇ ਛਿੱਤਰ ਲਾ ਕੇ ਲਿਆਵਾਂਗੇ ਜੀ, ਇਹ ਵੀ ਕੀ ਯਾਦ ਰੱਖੂ। ਗਾਈਸ ਤੁਸੀਂ ਕਮੈਂਟ ਕਰਕੇ ਦੱਸੋ ਵੀ ਮੇਰੀ ਲੁੱਕ ਭੰਗੜੇ ਵਾਲੀ ਹੈ ਕਿ ਥੀਏਟਰ ਵਾਲੀ ਆ, ਬਸ ਆਹ ਕਮੈਂਟ ਨਹੀਂ ਕਰਨਾ ਹੈ। ਸਾਪੜੇ ਲਾ ਕੇ ਭੰਗੜਾ ਵਾਲੀ ਹੈ ਲੁੱਕ ਤੇਰੀ, ਸਾਪੜੇ ਲਾ ਕੇ ਕੱਢਣਗੇ ਉਹਦੀ ਕੋਈ ਗੱਲ। ਟਾਈਮ ਗਾਈਸ 2:44 ਹੋ ਚੁੱਕੇ ਹੋਇਆ ਤੇ ਭੁੱਖ ਇੰਨੀ ਕਿ ਜ਼ਿਆਦਾ ਲੱਗ ਰਹੀ ਸੀ ਨਾ, ਤੇ ਆਪਾਂ ਆਏ ਆ ਗਾਈਸ ਕੰਟੀਨ ਵੱਲ ਨੂੰ, ਕੰਟੀਨ ਬਿਲਕੁਲ ਖਾਲੀ ਆ ਤੇ ਕੰਟੀਨ ਜਾਂਦੇ ਹਾਂ, ਦੇਖਦੇ ਹਾਂ ਕੁਝ ਖਾਣ ਨੂੰ ਮਿਲਦਾ ਕੁਝ ਖਾਂਦੇ ਹਾਂ। ਤੇ ਹਜੇ ਹੋਰ ਅੱਧਾ ਘੰਟਾ ਇੱਥੇ ਬਹਿਣਾ ਪੈਣਾ, ਫਿਰ ਘਰ ਨੂੰ ਜਾਵਾਂਗੇ, ਸੋਵਾਂਗੇ ਘਰੇ ਆ ਕੇ, ਨੀਂਦ ਬੜੀ ਆਈ ਜਾਂਦੀ ਹੈ। ਪੁੱਛੀ ਕੀ ਆ ਖਾਣ ਦੀ, ਕੀ ਕੀ ਆ ਦੱਸ। ਕੰਟੀਨ ਵੀ ਵਧੀਆ ਬਣਾਤੀ ਹੋਈ ਆ, ਪੂਰੇ ਸ਼ੀਸ਼ੇ ਸ਼ੀਸ਼ੇ ਲਾ ਕੇ, ਸਹੀ ਹੈ ਯਾਰ। ਆਪਾਂ ਕਰਵਾਇਆ ਗਾਈਸ ਨਿਊਡਲ, ਕਿਉਂਕਿ ਫਰੈਂਚ ਫ੍ਰਾਈਜ਼ ਖਤਮ ਹੋ ਚੁੱਕੇ ਹੋਏ ਸੀਗੇ, ਅਤੇ ਨਾਲ ਡਿਊ ਡਿਊ ਦਾ ਮਾਜ਼ਾ। ਕੀ ਤਰੀਕ ਹੈ, ਕਿਸ ਦਿਨ ਹੈ ਯੂਥ ਫੈਸਟੀਵਲ? ਅਕਤੂਬਰ 27 ਅਕਤੂਬਰ ਨੂੰ ਹੈਗਾ ਜੀ, ਹਜੇ ਪੂਰਾ ਪੂਰਾ ਮਹੀਨਾ ਪਿਆ, ਪੂਰਾ ਮਹੀਨਾ ਪਿਆ, ਇੱਕ ਮੰਥ ਪੂਰੀ ਡੱਟ ਕੇ ਮਿਹਨਤ ਕਰਾਂਗੇ। ਸਕਿੱਟ ਵੀ ਆਪਾਂ ਲੈ ਕੇ ਆਵਾਂਗੇ ਯੂਨੀਵਰਸਿਟੀ 'ਚੋਂ, ਭੰਡ ਵੀ ਲੈ ਕੇ ਆਵਾਂਗੇ, ਅਤੇ ਮਮਿਕਰੀ ਵੀ ਲੈ ਕੇ ਆਵਾਂਗੇ, ਅਤੇ ਫਿਲਮ ਵੀ ਲੈ ਕੇ ਆਵਾਂਗੇ, ਚਾਰੇ ਚੀਜ਼ਾਂ ਲੈ ਕੇ ਆਵਾਂਗੇ। ਨਾਟਕ ਇਹਨਾਂ ਦੇ ਰਿਸਪੋਂਸੀਬਿਲਟੀ ਹੈ, ਇਹ ਵੀ ਜ਼ਰੂਰ ਲੈ ਕੇ ਆਉਣਗੇ। ਬਾਕੀ ਕੋਈ ਨਹੀਂ, ਪਹਿਲਾਂ ਖਾਈਏ ਕੁਛ, ਫਿਰ ਗੱਲਾਂ ਬਾਤਾਂ ਕਰਦੇ ਹਾਂ। ਕਾਲਜ ਦੇ ਨਿਊਡਲ ਤੇ ਪਹਿਲੀ ਵਾਰ ਖਾਣ ਲੱਗੇ ਆ, ਸਹੀ ਗੱਲ ਨਾ, ਉਹ ਦੇਖਾ ਦੇ ਚੋ ਬਾਰਡੀ ਚ।
ਦੇਖਦੇ ਆ ਖਾ ਕੇ ਕਹਿੰਦੇ ਬਰਥਡੇ ਤੇ ਵੀਡੀਓ ਕੱਟ ਪਹਿਲਾਂ ਸਵਾਦ ਆ ਯਾਰ ਪਤਾ ਨਹੀਂ ਭੁੱਖ ਲੱਗ ਰਹੀ ਆ ਤਾਂ ਕਰਕੇ ਸਵਾਦ ਲੱਗ ਰਿਹਾ ਕਿ ਵੈਸੇ ਸਵਾਦ ਆ ਗੱਲ ਇੱਦਾਂ ਅੱਜ ਪਤਾ ਨਹੀਂ ਸੀ ਵੀ ਇੰਨਾ ਟਾਈਮ ਲੱਗ ਜਾਣਾ ਅਤੇ ਇੱਥੇ ਪੈ ਜਾਣਾ ਛਾਂ 'ਚ ਇੱਧਰ 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 ਰੱਖਤਾ ਅਤੇ ਭੁੱਖ ਲੱਗੀ ਜਾ ਅਤੇ ਬ੍ਰੈਡ ਲੈ ਲਿਆ ਹੋਇਆ ਹੁਣ ਇੱਕ ਬ੍ਰੈਡ ਅਤੇ ਇੱਕ ਹੋਟ ਡੋਗ ਆਹ ਕੀ ਪਤਾ ਬ੍ਰੈਡ ਠੀਕ ਹੈ ਯਾਰ ਹੋਟ ਡੋਗ ਜ਼ਿਆਦਾ ਹੁੰਦਾ ਅਤੇ ਗਾਈਸ ਨਿਊਡਲ ਦੀ ਪਲੇਟ ਸੀਗੀ 50 ਰੁਪਏ ਦੀ ਬ੍ਰੈਡ ਸਵਾਦ ਆ ਕਰੰਚੀ ਆ ਬ੍ਰੈਡ ਖਾ ਕੇ ਦੇਖ ਆ ਵੀ ਵਧੀਆ ਹੋਊਗਾ ਡਿਬੇਟ 'ਤੇ ਸਹੀ ਆ ਬਸ ਹੁਣ ਖਾਂਦੇ ਹਾਂ ਅਤੇ 10-15 ਮਿੰਟ ਫਿਰ ਜਾਣਾ ਉੱਧਰ ਸੈਮੀਨਾਰ ਹਾਲ 'ਚ ਉਸ ਤੋਂ ਬਾਅਦ ਫਿਰ ਘਰ ਚਲ ਜਾਵਾਂਗੇ ਦੇਖਦੇ ਹਾਂ ਸੈਮੀਨਾਰ ਹਾਲ 'ਚ ਕੀ ਮਿਲਦਾ ਮਿਲਦੇ ਹਾਂ ਉੱਥੇ ਜਾ ਕੇ ਹਾਂ ਖਾਈਏ ਫਾਈਨਲੀ ਗਾਈਜ਼ ਫ੍ਰੀ ਹੋ ਚੁੱਕੇ ਹੋਏ ਹਾਂ ਅਤੇ ਪਾਰਕਿੰਗ ਜਮ੍ਹਾਂ ਖਾਲੀ ਸਿਰਫ ਆਪਣਾ ਬੁਲਟ ਖੜਾ ਅਤੇ ਇੱਕ ਐਕਟੀਵਾ ਖੜੀ ਆ ਇਹ ਵੀ ਸਾਇਦ ਸਰਦੀ ਹੋਣੀ ਐਕਟੀਵਾ ਅਤੇ ਚਲਦੇ ਹਾਂ ਘਰ ਅਤੇ ਘੰਟਾ ਕੁ ਸੋਵਾਂਗੇ 4 ਵਜੇ ਵੱਜ ਚੁੱਕੇ ਹੋਏ ਆ ਅਤੇ ਉਸ ਤੋਂ ਬਾਅਦ ਫਿਰ ਉੱਠ ਕੇ ਗੁਰਦੁਆਰਾ ਸਾਹਿਬ ਜਾਣਾ ਅਤੇ ਜਿੰਮ ਵੀ ਜਾਣਾ ਫਿਲਹਾਲ ਚੱਲੀਏ ਬਸ ਹੀ ਲੈਕਚਰ ਹੀ ਲਾਉਂਦੇ ਰਹਿੰਦੇ ਹੁਣ ਡਿਪਾਰਟਮੈਂਟ 'ਚ ਦੁਬਾਰਾ ਹਾਂਜੀ 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 ਅੱਜ ਹੀ ਸ਼ੁਰੂ ਹੋਈ ਆ ਪ੍ਰੈਕਟਿਸ ਸਰ ਮਿਲੇ ਸੀ ਸਰ ਕਹਿੰਦੇ ਕਿੱਥੇ ਗਏ ਮੈਂ ਕਿਹਾ ਪੜ੍ਹਾਈ ਬੜੀ ਔਖੀ ਹੈ ਕੀ ਕਰੀਏ ਹਾਂਜੀ ਗਾਈਸ ਅਤੇ ਸ਼ਾਮਾਂ ਪੈ ਚੁੱਕੀਆਂ ਹੋਈਆਂ ਨੇ ਗਾਈਸ ਮਸਾਂ ਹੀ ਸੋ ਕੇ ਉੱਠ ਕੇ ਆਇਆ ਗੁਰਦੁਆਰਾ ਸਾਹਿਬ ਜਾਣ ਦਾ ਟਾਈਮ ਹੋ ਚੁੱਕਿਆ ਹੋਇਆ ਅਤੇ ਰੋਸ਼ਨੀ ਵੀ ਪੂਰੀ ਤਰ੍ਹਾਂ ਚੱਲ ਚੁੱਕੀ ਹੋਈ ਆ ਬਸ ਥੋੜ੍ਹੀ ਹੀ ਰਹਿ ਗਈ ਅਤੇ ਯਾਰ ਆਉਂਦੇ ਸਾਰ ਹੀ ਮੰਮੀ ਨੇ ਆਲੂ ਵਾਲੇ ਪਰੌਂਠੇ ਖਵਾ ਦਿੱਤੇ 4-5 ਖਾ ਕੇ ਐਸੀ ਧੁੱਕੀ ਚੜ੍ਹੀ ਨਾ ਸੌਣ ਦੀ ਸੁੱਤਾ ਰਿਹਾ ਭੋਲੇ ਦੇ ਫੋਨ ਨੇ ਠਾਇਆ ਹੁਣ ਚੱਲਿਆ ਗੁਰਦੁਆਰਾ ਸਾਹਿਬ ਜਿੰਮ ਦੀ ਅੱਜ ਛੁੱਟੀ ਵੱਜੂਗੀ ਪੱਕਾ ਵੈਸੇ ਛੁੱਟੀ ਆ ਮਨ ਜਮ੍ਹਾਂ ਨਹੀਂ ਕਰ ਰਿਹਾ ਜਾਂਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਸਾਨੂੰ ਟਿਕਾਨਿਆਂ ਨਾਲ ਚੰਦਰਮਾ ਚੈੱਕ ਕਰੋ ਗਾਈਸ ਅੱਜ ਕਿੱਡਾ ਵੱਡਾ ਨਿਕਲਿਆ ਭੋਲਾ ਕਹਿੰਦਾ ਨਕਲੀ ਲੱਗ ਰਿਹਾ ਕੀ ਭਾਜੀ ਕਿਵੇਂ ਪੂਰਾ ਗੋਲ ਪੂਰਾ ਗੋਲ ਨਾਲੇ ਹਾਂਜੀ ਗਾਈਸ ਦੇ ਘਰ ਆ ਚੁੱਕੇ ਹੋਏ ਹਾਂ ਅਤੇ ਯਾਰ ਅੱਜ ਨੀਂਦ ਇੰਨੀ ਕੁ ਜ਼ਿਆਦਾ ਆਈ ਜਾਂਦੀ ਹੈ ਨਾ ਕਿਉਂਕਿ ਯਾਰ ਕੱਲ੍ਹ ਰਾਤੀ ਸੁੱਤਾ ਵੀ ਮੈਂ 2-3 ਵਜੇ ਸੀਗਾ ਅਤੇ ਸਵੇਰੇ ਸਵੇਰੇ ਜਲਦੀ ਉੱਠ ਕੇ ਕਾਲਜ ਵੀ ਚਲਾ ਗਿਆ ਸਿਰਫ 5-6 ਘੰਟੇ ਸੁੱਤਾ ਹੋਊਗਾ ਅਤੇ ਆ ਕੇ ਸਿਰਫ ਘੰਟਾ ਕੀ ਸੁੱਤਾ ਕਿਉਂਕਿ ਗੁਰਦੁਆਰਾ ਸਾਹਿਬ ਜਾਣਾ ਸੀ ਗੁਰਦੁਆਰਾ ਸਾਹਿਬ ਗਏ ਜਿੰਮ ਦੀ ਅੱਜ ਛੁੱਟੀ ਮਾਰ ਲਈ ਕੋਈ ਗੱਲ ਨਹੀਂ ਇੱਕ ਦਿਨ ਤਾਂ ਹਫ਼ਤੇ 'ਚ ਛੁੱਟੀ ਚਾਹੀਦੀ ਹੈ ਯਾਰ ਅਤੇ ਬਾਕੀ ਆਹ ਵਲੋਗ ਇੱਥੇ ਲਾਸਟ ਕਰਦੇ ਹਾਂ ਜੇ ਵਲੋਗ ਇੰਜੋਏ ਕੀਤਾ ਹੋਵੇ ਤਾਂ ਵਲੋਗ ਨੂੰ ਕਰੋ ਲਾਈਕ ਮੈਂਟ ਸ਼ੇਅਰ ਅਤੇ ਚੈਨਲ ਕਰੋ ਸਬਸਕ੍ਰਾਈਬ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਯਾਰ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਯਾਰ ਇੱਦਾਂ ਹੀ ਸਪੋਰਟ ਬਣਾਈ ਰੱਖਿਓ ਮਿਲਦੇ ਹਾਂ ਅਗਲੇ ਵਲੋਗ 'ਚ ਟਿਲ ਦੈਨ ਬਾਏ ਬਾਏ ਟੇਕ ਕੇਅਰ